साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। प्राचीन शिव मंदिर पाता विच जन्माष्टमी दी धूम, भगवान श्री कृष्ण अते राधा दीआं झाकियां बणीआं खिच दा केंद्र। हलके सुपराण नायक कुलवंत सिंह बाजगा ने झाकियां दा कीता श्री गणेश, समूह शहर वासियां नूं दित्तियां बधाईआं। देश विच मनाए जाण वाले श्री कृष्ण जन्माष्टमी दी धूम पाता दे प्राचीन शिव मंदिर दे विच देखण नूं मिली है। मंदिर नूं दुल्हन दी तरह सजाया गया। श्री कृष्ण जन्माष्टमी दे त्योहार नूं लैके मंदिर विच काफी रौनकां देखण नूं मिलियां, जिथे विच पहुंचे हलका सुपराणा नायक कुलवंत सिंह बाजगा ने प्रबंधकां नूं श्री कृष्ण जन्माष्टमी दीआं बधाईआं दित्तियां। Thank you.
ਸਾਡੇ ਇੱਥੇ ਸ਼ਿਵ ਮੰਦਿਰ ਵਿੱਚ ਬਹੁਤ ਹੀ ਵਧੀਆ ਝਾਕੀਆਂ ਅਸੀਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਅਸੀਂ ਜਨਮ ਅਸ਼ਟਮੀ ਦੇ ਮੌਕੇ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਤੇ ਕ੍ਰਿਸ਼ਨ ਭਗਵਾਨ ਹਰ ਇੱਕ ਘਰ 'ਚ ਖੁਸ਼ੀਆਂ ਦਾ ਸਮਾਂ ਹਰ ਇੱਕ ਨੂੰ ਮਿਲੇ ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਸਾਡੇ ਸ਼ਹਿਰ 'ਚ ਜਿਵੇਂ ਕ੍ਰਿਸ਼ਨ ਭਗਵਾਨ ਖੁਦ ਆਪ ਵਿਰਾਜਮਾਨ ਹੋਏ ਨੇ ਉੱਦਾਂ ਸਾਨੂੰ ਇੱਥੇ ਰਸ਼ ਦੇਖਣ ਨੂੰ ਮਿਲ ਰਿਹਾ ਤੇ ਬਹੁਤ ਹੀ ਜਗਮਗਾਉਂਦਾ ਸਾਰਾ ਸ਼ਹਿਰ ਪੂਰਾ ਰੌਣਕ ਭਰਿਆ ਲੱਗ ਰਿਹਾ ਹੈ। ਸਾਡੇ
ले गई नदी न घटिया मीरा दान दिए धन घटे कह गए दास मीरा। चलो 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 शावर
ਘਰਾਂ ਦੇ ਬੱਚੇ ਨੇ ਜੋ ਕਿ ਕਾਲਜ ਯੂਨੀਵਰਸਿਟੀ ਪਹਿਲਾਂ ਤਾਂ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੀ ਅਤੇ ਤੁਹਾਨੂੰ ਵਧਾਈ ਵੀ ਦਿੰਦਾ ਕਿ ਬੜੇ ਅੱਛੇ ਢੰਗ ਦੇ ਨਾਲ ਉਹਨਾਂ ਨੇ ਜਿਹੜਾ ਉਪਰਾਲਾ ਕਰਕੇ ਬਹੁਤ ਅੱਛੀ ਸਜਾਵਟ ਔਰ ਸੰਗਤ ਦੇ ਬੈਠਣ ਦੇ ਲਈ ਬੜਾ ਵਧੀਆ ਜਿਹੜਾ ਗਰਾਊਂਡ ਟੈਂਟ ਲਾ ਕੇ ਇੱਥੇ ਲੰਗਰ ਪਾਣੀ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਔਰ ਸਪੈਸ਼ਲ ਝਲਕੀਆਂ ਚੰਡੀਗੜ੍ਹ ਤੋਂ ਟੀਮ ਜਿਹੜੀ ਬੁਲਾ ਕੇ ਜਿਹੜੀ ਅੱਛੇ ਚੰਗੇ ਵੱਡੇ ਕਾਲਜਾਂ ਦੇ ਵਿੱਚ ਆਪਣਾ ਨਾਮ ਖੇਡਾਂ ਦੇ ਵਿੱਚ ਚਾਹੇ ਉਹ ਕਿਸੇ ਵੀ ਕਿੱਤੇ ਦੇ ਵਿੱਚ ਆਉਂਦੇ ਨੇ ਉਹਨਾਂ ਨੇ ਅੱਜ ਪਰਫੋਰਮੈਂਸ ਕੀਤਾ ਇੱਥੇ ਬੜਾ ਚੰਗਾ ਲੱਗਿਆ ਜੀ ਕਿ ਜਦੋਂ ਕੋਈ ਭਗਵਾਨ ਦੇ ਘਰ ਕੋਈ ਪਰਮਾਤਮਾ ਦੇ ਘਰ ਸੱਚੇ ਦਿਲੋਂ ਕੋਈ ਮੰਗਣ ਜਾਂਦਾ ਤਾਂ ਪਰਮਾਤਮਾ ਕਿਸੇ ਨੂੰ ਨਾਰਾਜ਼ ਕਰਕੇ ਨਹੀਂ ਉੱਠਦਾ ਕਿਉਂਕਿ ਮੈਂ ਦੇਖਿਆ ਹੋਇਆ ਕਿ ਇਹ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਪੂਰੇ ਵਰਲਡ ਦੇ ਵਿੱਚ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਪੰਜਾਬ ਦੀ ਧਰਤੀ ਇੱਕ ਇੱਦਾਂ ਦੀ ਧਰਤੀ ਹੈ ਕਿ ਜਿੱਥੇ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਅੱਜ ਜਨਮ ਅਸ਼ਟਮੀ ਵਾਲੇ ਦਿਨ ਮੈਂ ਦੇਖ ਰਿਹਾ ਕਿ ਇੱਥੇ ਹਰ ਧਰਮ ਦੇ ਜਿਹੜੇ ਲੋਕ ਨੇ ਇੱਥੇ ਪਹੁੰਚੇ ਨੇ ਔਰ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਵਧਾਈ ਦਿੰਦਾ ਔਰ ਅਰਦਾਸ ਕਰਦਾ ਕ੍ਰਿਸ਼ਨ ਭਗਵਾਨ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੀ ਕਿ ਜਿਹੜੇ ਇਸੇ ਤਰ੍ਹਾਂ ਹੀ ਤੁਹਾਡਾ ਜਿਹੜਾ ਗੁਣਗਾਨ ਹੈ ਉਹ ਕਰਦੇ ਰਹਿਣ ਸੋ ਇੱਥੇ ਬੁਲਾ ਕੇ ਸਾਡੀ ਟੀਮ ਨੇ ਬਹੁਤ ਮਾਣ ਸਤਿਕਾਰ ਦਿੱਤਾ ਜੀ ਪੂਰੀ ਸਾਡੀ ਟੀਮ ਨੂੰ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਜੀ ਔਰ ਮੈਂ ਆਪਣੇ ਵੱਲੋਂ ਆਪਣੀ ਗੌਰਮੈਂਟ ਵੱਲੋਂ ਜਨਮ ਅਸ਼ਟਮੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਮੰਦਰ ਤੁਸੀਂ ਦੇਖੋ ਬਣ ਰਿਹਾ ਇਹ ਕੌਣ ਦੇਖਣ ਲੱਗਾ ਤੁਹਾਨੂੰ ਜੀ ਅਤੇ ਪ੍ਰੀਤ ਗਿੱਲ ਜੀ ਜੋ ਕਿ ਕਾਫੀ ਐਸੋਸੀਏਸ਼ਨ ਦੇ ਬਣਾ ਕੇ ਉਹ ਵੀ ਪਹੁੰਚੇ ਇਹਨਾਂ ਦਾ ਅਸੀਂ ਸਾਰਿਆਂ ਦਾ ਜਿਸ ਦਾ ਨਾਮ ਅਸੀਂ ਮਹਿੰਗਾ ਸਿੰਘ ਜੀ ਬਰਾੜ ਕਰਦੈਲ ਸਿੰਘ ਜੀ ਸਰਪੰਚ ਸਾਹਿਬ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਕ੍ਰਿਸ਼ਨ ਜੀ ਦਾ ਜਨਮ ਦਿਨ ਆਉਂਦਾ ਕ੍ਰਿਸ਼ਨ ਜੀ ਦੇ ਜਨਮ ਦਿਨ ਦੇ ਉਤਸਵ ਵਿੱਚ ਜਨਮ ਅਸ਼ਟਮੀ ਮਨਾਈ ਜਾਂਦੀ ਹੈ ਕਮੇਟੀ ਦੇ ਵਿੱਚ ਆਏ ਹਾਂ ਜੀ ਸ਼ਿਵ ਮੰਦਰ ਦੇ ਵਿੱਚ ਔਰ ਸ਼ਿਵ ਮੰਦਰ ਦੀ ਜਿਹੜੀ ਕਮੇਟੀ ਹੈ ਉਹਨਾਂ ਨੇ ਕਾਫੀ ਦਿਨ ਤੋਂ ਸਟਰਗਲ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਅੱਜ ਮੈਨੂੰ ਇੱਥੇ ਆ ਕੇ ਤਾਂ ਇੱਦਾਂ ਲੱਗਾ ਕਿ ਸ਼ਾਇਦ ਮੈਂ ਪਾਤਰਾਂ ਸ਼ਿਵ ਮੰਦਰ 'ਚ ਹੈ ਹੀ ਨਹੀਂ ਜਿੱਦਾਂ ਦੀਆਂ ਰੌਣਕਾਂ ਜਿੱਦਾਂ ਦੇ ਪ੍ਰੋਗਰਾਮ ਔਰ ਅਲੱਗ ਅਲੱਗ ਝਲਕੀਆਂ
जन्म अष्टमी के मौके पर प्रोग्राम इन्होंने किया। मैं इन्हों बधाई दिना पूरी टीम को और अरदास करदा कि इस टीम को परमात्मा बल बख्शे कि वध जड़ के इस तरह ही जिहड़े धार्मिक प्रोग्राम ने करते रहन और भगवान श्री कृष्ण जी के जन्मदिन पर सारे देशवासियों को बहुत बहुत मुबारक जी। अज के इस श्री कृष्ण जन्माष्टमी के त्यौहार से साढ़े एक छोटे जे सदे से साढ़े बहुत ही सत्कारयोग MLA कुलवंत सिंह जी, उन्होंने नाल मनोदा शहरी प्रधान महंगा सिंह बराड़ जिंद जी, पूरी टीम इतने पहुंची है। असं इन्हों का इतने पहुंचते प्राचीन शिव मंदिर कमेटी वालों समूह शहर निवासियों वालों बहुत बहुत स्वागत करते हैं। तो भोलेनाथ के चरणों के अरदास बेनती करते हैं क्योंकि कुलवंत सिंह जी अज तो 2 साल पहले जो असी रामलीला कराई थी उदो इन्हों टिकट नहीं मिली सी, उदों भी अरदास की थी कि इन्हों टिकट नहीं मिले तो MLA ही बन। इस बार फिर रामलीला करावे, अच्छी इन्हों का वादा करते हैं कि रामलीला इन्हों लोगों ने जो है सन्मुख करावे। तो उस तो बाद साड़ी महाशिवरात्रि के उत्ते रिजल्ट नहीं आया सी, उदों भी इन्हों की टीम सारी आई सी, भोलेनाथ ने ऐसी कृपा की रिकॉर्ड तोड़ जित की पंजाब हम साड़ी एक ही तमन्ना है कि झंडी वाली गड्डी लेके आने अगले साल असं वह इंतजार करा। अज असी श्री कृष्ण जन्माष्टमी से जो प्रबंध ने तुम देख रहे हो सारे शहर में सुंदर बन सजाया हुआ है, साड़ी पूरी टीम काम कर रही है। इस तो इलावा सुंदर सुंदर झाकियां झाकियों तो इलावा असी एक देश प्रति समर्पित जो कि 1 लाख रुपए के करीब सा खर्चा आया चंडीगढ़ तो टीम आई है, देखोगे एक कल्चर प्रोग्राम हो रहा है, देश प्रति प्रोग्राम है, अपने समाज प्रति प्रोग्राम है, बहुत बड़ा प्रोग्राम है, वो असं विशेष तौर पर स्वर कर रहे हैं। नमस्कार, जय श्री कृष्ण, राधे राधे। हम लोग आशीष डांस कंपनी से हैं और हम लोग गुड़गांव से हैं और हिसार भी हमारी ब्रांच है, हरियाणा में हमारी 3 ब्रांच है और सिर्फ 5 दिनों में इन बच्चों ने ये परफॉर्मेंस रेडी किया और इनके कोरियोग्राफर मिस्टर आशीष सर जो कि इन्होंने बहुत अच्छी अच्छी कोरियोग्राफीज करवाई है, साथ में सागर भाई थे, मैं था, हम सब ने मिलके ये इवेंट तैयार किया है और हमें इनवाइट किया गया और हमें बहुत अच्छा लगा यहाँ आ गए। हम लोग गुड़गांव से आए हैं, मेरा नाम समीर है, मैं डांस कोरियोग्राफर हूँ एज ए प्रोफेशनल और ये आशीष डांस कोरियोग्राफर है मेरे साथ। हम लोग यहाँ एक बस ये दिखाना चाहते थे कि आजकल जो कल्चरल इवेंट हो रहा है, कोई भी इवेंट हो चाहे देश से रिलेटेड हो चाहे हमारी संस्कृति से रिलेटेड हो, कुछ भी हो, उसमें हमें बढ़ चढ़ कर हिस्सा लेना चाहिए और अच्छा लोगों को भी हमारा हौसला बढ़ाना चाहिए ताकि हमारे देश के बच्चे आगे जा सके। हम लोग हिसार से आए हैं यहाँ पे इतने दूर यहाँ पे परफॉर्मेंस करने के लिए और हमें यहाँ पे बहुत अच्छा लग रहा है आके जो कि हमने यहाँ पे और यहाँ का यहाँ की इतना कुछ देखे हमें बहुत अच्छा लग रहा है और हमें इतना इतने लोग देख रहे हो उससे भी हमें बहुत खुशी हुई है और हमें यहाँ पे बहुत ज्यादा अच्छा लगा और इतनी अच्छी परफॉर्मेंस यहाँ हुई है, बहुत ही ज्यादा मुझे बहुत अच्छा लगा यहाँ पर। एंड जय हिंद जय भारत।